ਜੀਆਂ ਨੂੰ ਕਹਿਣਾ ਜੀ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਸ਼ੁਕਰੀਆ ਕਰਦਾ ਜੀ, ਸਾਰਿਆਂ ਦਾ, ਸਾਰੀ ਪ੍ਰੈਸ ਦਾ ਇੱਥੇ ਆਉਣ 'ਤੇ। ਰੱਬ ਦਾ ਰੇਡੀਓ 2 ਓਬਵੀਅਸਲੀ ਸਾਡਾ ਜੀ, ਰੱਬ ਦਾ ਰੇਡੀਓ 1 ਮੇਰੀ ਡੈਬਿਊ ਮੂਵੀ ਸੀ, ਸਾਡਾ ਸੁਪਨਾ ਇਹਦਾ ਸੈਕਿੰਡ ਪਾਰਟ ਬਣਨਾ। ਐਕਸਾਈਟਡ ਵੀ ਬਹੁਤ ਹਾਂ ਅਤੇ ਇੱਕ ਚਾਅ ਬਹੁਤ ਆ, ਜਿਵੇਂ ਤੁਸੀਂ ਇੱਕ ਜਮਾਤ ਪਾਸ ਕੀਤੀ ਹੁੰਦੀ ਆ ਅਤੇ ਹੁਣ ਅਗਲੀ ਜਮਾਤ ਦੇ ਵਿੱਚ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਅਤੇ ਆਪਣੇ ਸਾਰੇ ਸਾਥੀਆਂ ਨਾਲ ਚੰਗੇ ਨੰਬਰ ਲੈ ਕੇ ਅਗਲੀ ਜਮਾਤ ਦਾਖਲ ਹੋਣੀ। ਰੱਬ ਦਾ ਰੇਡੀਓ 2 ਜੀ, ਮੈਂ ਆਪਣੇ ਵੱਲੋਂ ਇੱਕ ਨਿੱਕਾ ਜਿਹਾ ਬਰੀਫ ਕਰ ਦਿੰਦਾ ਉਹਨੂੰ। ਇਹ ਪਹਿਲੀ ਪੰਜਾਬੀ ਫਿਲਮ ਆ ਜਿਹਦਾ ਸੀਕੁਅਲ ਬਣਿਆ ਅਤੇ ਪ੍ਰੋਪਰ ਸੀਕੁਅਲ ਬਣਿਆ। ਜਿੱਥੋਂ ਪਹਿਲਾ ਭਾਗ ਖਤਮ ਹੋਇਆ ਸੀ ਇਹ ਉਸੇ ਭਾਗ 'ਤੇ ਸੇਮ ਕਿਰਦਾਰਾਂ ਨੂੰ ਅੱਗੇ ਲੈ ਕੇ ਜਾ ਰਹੀ ਹੈ ਜੀ। ਜਿੱਥੇ ਉਹ ਕਹਾਣੀ ਖਤਮ ਹੋਈ ਸੀ ਉੱਥੋਂ ਸਟਾਰਟ ਹੁੰਦੀ ਹੈ। ਇੱਕ ਨਾਵਲ ਦੀ ਤਰ੍ਹਾਂ ਰੱਬ ਦਾ ਰੇਡੀਓ ਮੈਂ ਕਹੂੰਗਾ ਇੱਕ ਬੁੱਕ ਆ ਜਿਹਦਾ ਇੱਕ ਹਿੱਸਾ ਸਾਰਿਆਂ ਨੇ ਦੇਖਿਆ ਅਤੇ ਪੜ੍ਹਿਆ ਅਤੇ ਹੁਣ ਦੂਸਰਾ ਹਿੱਸਾ ਉਹਦਾ ਦੇਖਣਾ ਅਤੇ ਪੜ੍ਹਨਾ, ਜਿਹੜੀ ਕਿ ਡਾਇਰੈਕਟ ਕੀਤੀ ਹੈ ਸਾਡੇ ਭਰਾ ਸ਼ਰਨਾਟ ਨੇ, ਲਿਖੀ ਹੋਈ ਜਸ ਗਰੇਵਾਲ ਜੀ ਨੇ ਅਤੇ ਪ੍ਰੋਡਿਊਸਰ ਵਿਲੀ ਜਨਤਾ ਫਿਲਮਸ ਤੋਂ ਮਨਪ੍ਰੀਤ ਜੌਹਲ ਸਾਡਾ ਵੀਰ ਅਤੇ ਸਾਡੇ ਵੱਡੇ ਭਾਅ ਜੀ ਮੁਨੀਰ ਸਾਨੀ ਭਾਅ ਜੀ ਓਮ ਜੀ ਗਰੁੱਪ ਤੋਂ। ਸਟਾਰਕਾਸਟ ਦੇ ਵਿੱਚ ਪੁਰਾਣੀ ਵੀ ਸਾਰੀ ਹੈਗੀ ਹੈ ਜੀ, ਅਤੇ ਉਹ ਤੋਂ ਬਾਅਦ ਗੁੱਡੀ ਦੇ ਸਹੁਰੇ ਪਰਿਵਾਰ ਦੇ ਵਿੱਚ ਨਵੇਂ ਕਰੈਕਟਰ ਜਿਹੜੇ ਐਡ ਹੋਏ ਆ, ਨਵੀਂ ਰਿਸ਼ਤੇਦਾਰੀ ਜਿਹੜੀ ਐਡ ਹੋਈ ਆ ਉਹ ਸਾਰੀ ਦੇਖ ਕੇ ਪਤਾ ਲੱਗੂ। ਉਹਦੇ ਵਿੱਚ ਨਵੀਂ ਸਟਾਰਕਾਸਟ ਬਹੁਤ ਸੋਹਣੀ ਸਾਡੇ ਨਾਲ ਐਡ ਹੋਈ ਹੈ, ਉਹਦੇ ਵਿੱਚ ਤਾਨੀਆ ਜਿਹੜੇ ਕਿ ਇੱਕ ਬਹੁਤ ਚੰਗਾ ਰੋਲ ਉਹਨਾਂ ਨੇ ਰੱਬ ਦਾ ਰੇਡੀਓ 2 ਦੇ ਵਿੱਚ ਪਲੇ ਕੀਤਾ, ਅਵਤਾਰ ਗਿੱਲ ਭਾਅ ਜੀ, ਬੀ ਐਨ ਸ਼ਰਮਾ ਭਾਅ ਜੀ, ਜਤਿੰਦਰ ਮੈਡਮ, ਪੰਗੂ ਮੈਡਮ, ਪ੍ਰਕਾਸ਼ ਗਾਧੂ ਬਾਈ ਜੀ, ਮੰਡ ਭਾਅ ਜੀ, ਸਾਰਿਆਂ ਦਾ ਬਹੁਤ ਸੋਹਣਾ ਕਰੈਕਟਰ ਅਤੇ ਬੱਚੇ ਜਿਹੜੇ ਕਿ ਮੈਨੂੰ ਲੱਗਦਾ ਵੀ ਸਾਡੀ ਫਿਲਮ ਦੀ ਜਿੰਦ ਜਾਨ ਨੇ। 3 ਬਹੁਤ ਸੋਹਣੀਆਂ ਬੱਚੀਆਂ ਅਤੇ 2 ਬੱਚੇ ਜਿਹੜੇ ਕਿ ਗੁੱਡੀ ਨੇ ਮੁਰਗੇ ਬਣਾਏ ਆ, ਉਹ ਬਹੁਤ ਸੋਹਣਾ ਸਾਰਿਆਂ ਦਾ ਕਿਰਦਾਰ ਨੇ। ਅਤੇ ਮੈਂ ਹੁਣ ਮਾਈਕ ਹੈਂਡ ਓਵਰ ਕਰਦਾ ਮੈਂ ਸਿਮੀ ਜੀ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮੱਚ ਇੱਥੇ ਆਉਣ ਲਈ ਅਤੇ ਥੋੜ੍ਹਾ ਜਿਹਾ ਵੇਟ ਕਰਨ ਲਈ। ਵੈਸੇ ਤਾਂ ਸਰ ਨੇ ਸਾਰਾ ਕੁਛ ਕਹਿਤਾ ਆਲਮੋਸਟ, ਮੈਂ ਤਾਂ ਇਹੀ ਕਹੂੰਗੀ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਟੀਮ ਨਾਲ ਦੁਬਾਰਾ ਕੰਮ ਕਰਕੇ। ਨਿਊ ਐਡੀਸ਼ਨ ਵਾਜ਼ ਸ਼ਰਨ ਸਰ ਅਤੇ ਜੇ ਪੀ ਸਰ, ਇਹਨਾਂ ਨਾਲ ਕੰਮ ਕਰਕੇ ਵੀ ਬਹੁਤ ਵਧੀਆ ਲੱਗਿਆ। ਦੈਟ ਸੋ ਕਾਮ, ਇੰਨੇ ਪਿਆਰ ਨਾਲ ਕੰਮ ਕਰਦੇ ਨੇ ਕਿ ਇੱਦਾਂ ਲੱਗਦਾ ਕਿ ਵਾਹ ਇੱਦਾਂ ਹੀ ਹੋਵੇ ਹਰ ਡਾਇਰੈਕਟਰ, ਬਿਕੋਜ਼ ਆਈ ਥਿੰਕ ਡਾਇਰੈਕਟਰ 'ਚ ਕਾਮਨੈਸ ਹੋਣਾ ਸਭ ਤੋਂ ਜ਼ਰੂਰੀ ਗੱਲ ਹੁੰਦੀ ਆ, ਵਿੱਚ ਹੀ ਹੈਜ਼ ਇਨ ਅਬੰਡੈਂਸ। ਅਤੇ ਸਰ ਨਵੇਂ ਪ੍ਰੋਡਿਊਸਰ ਨੇ ਸਾਡੇ ਇਸ ਵਾਰੀ ਸੈਕਿੰਡ ਪਾਰਟ ਦੇ, ਵੈਸੇ ਹਮੇਸ਼ਾ ਅਮਨੀਸ਼ ਜੀ ਸਾਡੇ ਨਾਲ ਐਸੋਸੀਏਟਡ ਰਹਿੰਦੇ ਨੇ, ਬਟ ਵੈਰੀ ਹੈਪੀ ਟੂ ਹੈਵ ਹਿਮ। ਅਤੇ ਮਨਪ੍ਰੀਤ ਸਰ ਐਜ਼ ਆਲਵੇਜ਼ ਹੀ ਟੇਕਸ ਰੀਅਲੀ ਗੁੱਡ ਕੇਅਰ ਆਫ ਹਿਸ ਆਰਟਿਸਟ, ਧਿਆਨ ਰੱਖਦੇ ਨੇ ਵੀ ਸਾਰਾ ਕੁਛ ਠੀਕ ਠਾਕ ਆ, ਨੋ ਪ੍ਰੈਸ਼ਰ। ਇਹ ਆਰਟਿਸਟ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿ ਆਰਟਿਸਟ ਕੋਈ ਪ੍ਰੈਸ਼ਰ ਦੇ ਅੰਡਰ ਕੰਮ ਨਾ ਕਰੇ, ਰਿਲੈਕਸਡ ਰਹੇ, ਵਿਚ ਹੀ ਟੇਕਸ ਕੇਅਰ ਆਫ ਇਟ। ਐਂਡ ਬਸ ਜੀ, ਮੈਂ ਐਕਸਾਈਟਡ ਬਹੁਤ ਹਾਂ, ਮੈਂ ਸੱਚੀ ਦੱਸਾਂ, ਮੇਰੇ ਨਾਮ ਆਈ ਐਮ ਮਿਸਿੰਗ ਵਰਡਸ, ਕਿਉਂਕਿ ਮੈਨੂੰ ਆਈ ਕਾਂਟ ਵੇਟ ਫੋਰ 29th March, ਮੈਨੂੰ ਅਭੀ ਛੇਤੀ ਛੇਤੀ 29 March ਆ ਜੇ, ਅਤੇ ਤੁਸੀਂ ਸਾਰੇ ਦੇਖੋ ਅਤੇ ਆਪਾਂ ਵੀ ਦੇਖੀਏ, ਅਤੇ ਤੁਸੀਂ ਸਾਰਿਆਂ ਨੂੰ ਦੱਸੋ ਵੀ ਕਿੱਦਾਂ ਦੀ ਲੱਗੀ ਤੁਹਾਨੂੰ, ਕਿਉਂਕਿ ਚੰਗੀ ਮੂਵੀਜ਼, ਚੰਗੀ ਸਟੋਰੀਜ਼, ਫੈਮਿਲੀ ਮੂਵੀਜ਼ ਦਾ ਆਈ ਥਿੰਕ ਅੱਗੇ ਵਧਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸਿਨੇਮਾ, ਪੰਜਾਬੀ ਸਿਨੇਮਾ ਇੱਦਾਂ ਹੀ ਵਧੂਗਾ ਜਦੋਂ ਤੁਸੀਂ ਚੰਗੀਆਂ ਮੂਵੀਜ਼ ਨੂੰ ਸਪੋਰਟ ਕਰੋਗੇ। ਅਤੇ ਬਸ ਬਾਕੀ ਜੀ ਤੁਹਾਡੇ ਹੱਥ ਤੋਂ ਸਾਰਾ ਕੁਛ, ਥੈਂਕ ਯੂ ਸੋ ਮੱਚ ਮਨੀਸ਼ ਸਰ। ਜੀ ਸਾਰਿਆਂ ਨੂੰ, ਰੱਬ ਦਾ ਰੇਡੀਓ 1 ਅਸੀਂ ਆਈ ਥਿੰਕ ਸਾਰਿਆਂ ਨੇ ਆਲਰੇਡੀ ਦੇਖੀ ਹੈ। ਰੱਬ ਦਾ ਰੇਡੀਓ 2 ਅਤੇ 1 ਦੀ ਜਿਹੜੀ ਜਰਨੀ ਇੰਪੋਰਟੈਂਟ, ਇਸ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਸਾਡੀ ਟੀਮ ਨੂੰ ਲੱਗ ਰਿਹਾ ਸੀਗਾ ਕਿ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਗੱਲਾਂ ਰੱਬ ਦਾ ਰੇਡੀਓ 1 'ਚ ਅਸੀਂ ਕਹਿਣੀਆਂ ਚਾਹ ਰਹੇ ਸੀਗੇ, ਬਟ ਸ਼ਾਇਦ ਇੱਕ ਕ੍ਰੀਏਟਿਵ ਲਿਮਿਟੇਸ਼ਨ ਸੀਗੀਆਂ। ਸੋ ਉਹ ਰੱਬ ਦਾ ਰੇਡੀਓ 2 ਬਣਾਉਣ ਦੇ ਪਿੱਛੇ ਲੌਜਿਕ ਰਹੀ ਸੀ, ਜਸਟ ਨੋਟ ਟੂ ਕਿ ਅਸੀਂ ਬ੍ਰੈਂਡ ਨੂੰ ਇਨਕੈਸ਼ ਕਰਨਾ ਚਾਹੁੰਦੇ ਹਾਂ। ਸੋ ਉਹ ਅੱਧੀਆਂ ਅਧੂਰੀਆਂ ਚੀਜ਼ਾਂ ਜਿਹੜੀਆਂ ਸਾਡੇ ਦਿਲ 'ਚ ਸੀਗੀਆਂ, ਸਾਡੇ ਜ਼ਹਿਨ 'ਚ ਸੀਗੀਆਂ, ਉਹ ਸਾਨੂੰ ਲੱਗਾ ਕਿ ਯਾਰ ਆਡੀਅੰਸ ਤੱਕ ਰੱਬ ਦਾ ਰੇਡੀਓ 2 ਦੇ ਜ਼ਰੀਏ ਪਹੁੰਚੇ ਗਏ ਨੇ। ਸੋ ਮੀਡੀਆ ਦਾ ਸਪੋਰਟ ਰੱਬ ਦਾ ਰੇਡੀਓ 1 'ਚ ਵੀ ਬਹੁਤ ਸੀਗਾ। ਸੋ ਅਗੇਨ ਵਾਪਸ ਰੱਬ ਦਾ ਰੇਡੀਓ 2 ਫਰਾਈਡੇ 29th March ਨੂੰ ਰਿਲੀਜ਼ ਹੋ ਗਈ ਜੀ। ਉਹ ਸੇਮ ਸਪੋਰਟ, ਸੇਮ ਪਿਆਰ ਵਾਪਸ ਸਾਡੀ ਪੂਰੀ ਟੀਮ ਨੂੰ ਤੁਹਾਡੇ ਵੱਲੋਂ ਚਾਹੀਦਾ ਹੋਇਆ ਜੀ। ਸੋ ਆਪਣੀ ਪੂਰੀ ਟੀਮ ਵੱਲੋਂ ਮੈਂ ਤੁਹਾਡੇ ਸਾਰਿਆਂ ਨੂੰ ਐਡਵਾਂਸ 'ਚ ਥੈਂਕ ਯੂ ਕਰਦਾ ਜੀ। ਸੋ ਪਲੀਜ਼ ਆਪਣੇ ਓਨੈਸਟ ਰਿਵਿਊਜ਼ ਫਿਲਮ ਨੂੰ ਜ਼ਰੂਰ ਦਿਓ ਜੀ, ਔਰ ਵਿਦ ਯੂਅਰ ਫੈਮਿਲੀਜ਼ ਜਾ ਕੇ ਜ਼ਰੂਰ ਦੇਖਿਓ ਜੀ। ਥੈਂਕ ਯੂ।
ਤੇ ਹੁਣ ਸ਼ਰਨ ਸਰ ਪਲੀਜ਼ ਯੂ ਸੇ ਸਮ ਵਰਡਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸ਼ੁਕਰੀਆ ਸਾਰਿਆਂ ਦਾ ਇਕੱਠੇ ਹੋਣ ਲਈ ਉਰੇ। ਅਤੇ ਮੈਂ ਬਾਕੀ ਸਾਰੇ ਕਾਫੀ ਕੁਛ ਆਲਰੇਡੀ ਦੱਸ ਚੁੱਕੇ ਨੇ ਤੁਹਾਨੂੰ, ਅਤੇ ਮੈਂ ਬਸ ਇੱਕ ਚੀਜ਼ ਮੈਨਸ਼ਨ ਕਰਨਾ ਚਾਹੂੰਗਾ ਵੀ ਕੁਛ ਫਿਲਮਾਂ ਬਣਦੀਆਂ ਨੇ ਹਾਸੇ ਖੇਡਿਆਂ ਲਈ, ਕੁਛ ਫਿਲਮਾਂ ਬਣਦੀਆਂ ਨੇ ਤੁਹਾਡੇ ਬੁੱਲਾਂ 'ਤੇ ਜਿਹੜੀਆਂ ਸਮਾਈਲ ਛੱਡ ਕੇ ਜਾਣ, ਇਹ ਖੁਸ਼ੀ ਛੱਡ ਕੇ ਜਾਣ ਅਤੇ ਤੁਹਾਡੇ ਦਿਲ ਦੇ ਵਿੱਚ ਇੱਕ ਗਰਮਾਹਟ, ਅਤੇ ਇਹ ਉਹ ਮੂਵੀ ਆ ਜਿਹੜੀ ਤੁਹਾਡੇ ਦਿਲ ਦੇ ਵਿੱਚ ਇੱਕ ਸਦਾ ਦੇ ਲਈ ਇੱਕ ਗਰਮਾਹਟ ਛੱਡ ਕੇ ਜਾਊਗੀ, ਇਹ ਸਾਡਾ ਪ੍ਰੋਮਿਸ ਆ। ਬਾਕੀ ਭਾਜੀ ਕੰਟੀਨਿਊ ਕਰਨਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਅਤੇ ਮੇਰੇ ਕੋਲ ਬੋਲਣ ਨੂੰ ਤਾਂ ਕੋਈ ਲਫ਼ਜ਼ ਨਹੀਂ ਰਿਹਾ, ਮਾਈਕ ਮੇਰੇ ਕੋਲ ਸਭ ਤੋਂ ਐਂਡ 'ਚ ਆਇਆ। ਪਹਿਲਾਂ ਤਰਸੇਮ ਭਾਈ ਸਾਰਾ ਕੁਝ ਦੱਸ ਚੁੱਕਿਆ ਫਿਲਮ ਬਾਰੇ, ਸਿੰਮੀ, ਮਨੀਸ਼ ਭਾਜੀ, ਅਤੇ ਹੁਣ ਸ਼ਰਨ ਨੇ ਬਹੁਤ ਵਧੀਆ ਗੱਲ ਕਹੀ ਆ। ਤੁਸੀਂ ਟ੍ਰੇਲਰ ਦੇ ਵਿੱਚ ਦੇਖਿਆ ਹੀ ਆ ਵੀ ਅਸੀਂ ਟ੍ਰੇਲਰ ਦੇ ਵਿੱਚ ਹਰੇਕ ਤਰ੍ਹਾਂ ਦੀ ਝਲਕ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਇੱਕ ਰੋਮਾਂਸ ਤੋਂ ਲੈ ਕੇ ਕਮੇਡੀ ਤੋਂ ਲੈ ਕੇ ਇੱਕ ਸੀਰੀਅਸ 'ਤੇ, ਅਤੇ ਬਹੁਤ ਵਧੀਆ ਫਿਲਮਾਂ ਜ਼ਰੂਰ ਦੇਖ ਕੇ ਆਇਓ 29 ਤਰੀਕ ਨੂੰ। ਮੈਂ ਇਹੀ ਬੇਨਤੀ ਕਰੂੰਗਾ ਅਤੇ ਆਪਣੇ ਜੈਨੂਅਨ ਰਿਵਿਊ ਸਾਰੇ ਜਣੇ ਜ਼ਰੂਰ ਦਿਓ ਫਿਲਮ ਦੇਖ ਕੇ, ਇੱਕ ਬੇਨਤੀ ਜ਼ਰੂਰ ਆ ਵੀ ਸਾਰੇ ਜੈਨੂਅਨ ਰਿਵਿਊ ਦਿਓ ਪਲੀਜ਼। ਥੈਂਕ ਯੂ। ਔਰ ਰਿਵਿਊ ਸਾਰਿਆਂ ਨੇ ਪੋਸਟ ਕਰਨੇ, ਚਾਹੇ ਕੁਛ ਵੀ ਬੋਲੋ, ਜੋ ਤੁਹਾਨੂੰ ਫੀਲ ਹੋਇਆ ਦਿਲੋ, ਪਰ ਕਿਸੇ ਨੇ ਛੱਡਣਾ ਨਹੀਂ ਰਿਵਿਊ ਪੋਸਟ ਕਰਨ ਤੋਂ। ਅਤੇ ਜਸਵੀਰ ਆ ਜਸਕਰੇਵਾਲ ਜਿਨ੍ਹਾਂ ਦੀ ਲਿਖੀ ਹੋਈ ਆ, ਜਿਨ੍ਹਾਂ ਨੇ ਫਸਟ ਪਾਰਟ ਲਿਖਿਆ ਸੀ ਅਤੇ ਸੈਕਿੰਡ ਪਾਰਟ ਵੀ, ਉਹ ਔਨ ਦਾ ਵੇ ਨੇ, ਹੀ ਇਜ਼ ਕਮਿੰਗ। ਬਾਕੀ ਥੈਂਕ ਯੂ ਸੋ ਮੱਚ। ਬਿਲਕੁਲ ਭਾਜੀ, ਦੇਖੋ ਨਵਾਂ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆਪੇ ਕਿਹਾ ਵੀ ਬੰਦੇ ਦਾ ਵਿਆਹ ਹੋ ਗਿਆ, ਹੁਣ ਵਿਆਹ ਤੋਂ ਬਾਅਦ ਕੀ ਚੇਂਜਸ ਨੇ ਉਹ ਸਾਰੇ ਦੇਖਣ ਨੂੰ ਮਿਲਣਗੇ ਆਪਾਂ ਨੂੰ। ਅਤੇ ਜਿਵੇਂ ਆਪਾਂ ਟ੍ਰੇਲਰ ਦੇ ਵਿੱਚ ਵੀ ਦੇਖਿਆ, ਅਤੇ ਸਾਡੇ ਜਸ ਬਾਈ ਆਏ ਨੇ ਸਾਨੂੰ ਜੁਆਇਨ ਕਰ, ਅਤੇ ਮੈਂ ਕੰਟੀਨਿਊ ਕਰਦਾ ਜੀ। ਹਾਂਜੀ, ਮੂਵੀ ਦੇ ਵਿੱਚ ਮੈਰਿਜ ਤੋਂ ਬਾਅਦ ਜਿਵੇਂ ਆਪਾਂ ਟ੍ਰੇਲਰ ਦੇ ਵਿੱਚ ਦੇਖਿਆ ਭਾਜੀ, ਜਿਹੜੇ ਮੈਸੇਜਸ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਰਿਸ਼ਤਿਆਂ ਦੀ ਮਹੱਤਤਾ, ਰਿਸ਼ਤਿਆਂ ਦੀ ਮਹਾਨਤਾ ਮੈਂ ਕਹਿ ਸਕਦਾ, ਇਕੱਲੇ ਇਕੱਲੇ ਭਰਾਵਾਂ ਦਾ ਪਿਆਰ, ਭੈਣਾਂ ਦਾ ਪਿਆਰ, ਉਹ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਟ੍ਰੇਲਰ ਦੇ ਵਿੱਚ ਦੇਖਿਆ, ਸਾਰੇ ਰੰਗ ਨੇ, ਜਿਵੇਂ ਬੱਚਿਆਂ ਦੀਆਂ ਸ਼ਰਾਰਤਾਂ ਵੀ ਹੈਗੀਆਂ ਅਤੇ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਵੀ ਹੈਗੀਆਂ, ਉਹ ਸਾਰੀਆਂ ਚੀਜ਼ਾਂ ਹੈਗੀਆਂ। ਸੇਮ ਸਟੋਰੀ ਆ, ਕਿਉਂਕਿ ਆਪਣੀ ਜ਼ਿੰਦਗੀ ਦੇ, ਜੇ ਆਪਾਂ ਮੈਂ ਇਹ ਕਹੂੰਗਾ ਵੀ ਜ਼ਿੰਦਗੀ ਦੇ 20 ਸਾਲ ਜ਼ਿੰਦਗੀ ਆਪਾਂ ਜਿਉਂ ਲਈ ਆ ਜਾਂ 25 ਸਾਲ ਜਿਉਂ ਲਈ ਆ, ਇਹ ਆਉਣ ਵਾਲੇ ਅਗਲੇ 10-15 ਸਾਲ ਦੀ ਕਹਾਣੀ ਆ, ਤਾਂ ਉਹ ਹਮੇਸ਼ਾ ਜ਼ਿੰਦਗੀ ਇੱਕ ਬੰਦੇ ਦੀ ਹੁੰਦੀ ਆ, ਪਰ ਉਹਦੇ ਵਿੱਚ ਟਰਨਸ ਐਂਡ ਟਵਿਸਟ ਬਹੁਤ ਹੁੰਦੇ ਆ, ਉਹਨੂੰ ਚੈਲੇਂਜਸ, ਨਿੱਤ ਨਵਾਂ ਦਿਨ ਇੱਕ ਚੈਲੇਂਜ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ ਉਹਨਾਂ ਬੰਦਿਆਂ ਦੀ ਆ, ਉਹਨਾਂ ਕਿਰਦਾਰਾਂ ਦੀ ਜ਼ਿੰਦਗੀ ਆ, ਉਹਨਾਂ ਕਿਰਦਾਰਾਂ ਦੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ, ਉਹ 'ਚੋਂ ਸਾਰੇ ਰੰਗ ਨੇ। ਮੈਨੂੰ ਸੱਚੀ ਦਿਲੋਂ ਪੁੱਛਦੇ ਹੋ ਭਾਜੀ, ਮੈਂ ਹੁਣ ਤੱਕ ਫਿਲਮ 3 ਵਾਰ ਦੇਖ ਲਈ ਹੈ, ਬੈਕ ਸਕੋਰ 'ਤੇ ਵੀ ਜਾ ਕੇ ਮੈਂ ਫਾਈਨਲ ਬੈਕ ਸਕੋਰ ਵਾਲੀ ਵੀ ਦੇਖ ਲਈ, ਜਿਹੜੇ ਮੇਰੇ ਓਨੈਸਟ ਰਿਵਿਊ ਨੇ ਹੁਣ ਤੱਕ ਜਿੰਨਾ ਮੇਰਾ ਫਿਲਮੀ ਸਫ਼ਰ ਰਿਹਾ ਤਕਰੀਬਨ ਸਾਰਿਆਂ ਨੂੰ ਪਤਾ, ਅਤੇ ਜਿੰਨੇ ਕੁ ਜੋਗਾ ਮੈਂ ਹੈਗਾ ਉਹ ਵੀ ਸਾਰਿਆਂ ਨੂੰ ਪਤਾ, ਜਿੰਨੇ ਕੁ ਜੋਗੀ ਅਸੀਂ ਗੱਲ ਕਰਦੇ ਹਾਂ ਉਹ ਵੀ ਪਤਾ ਮੈਨੂੰ। ਜਿਹੜੀ ਮੈਂ ਫਿਲਮ ਦੇਖੀ ਹੈ, ਮੈਨੂੰ ਆਪਣੇ ਆਪ 'ਚ ਬਹੁਤ ਸਕੂਨ ਅਤੇ ਤਸੱਲੀ ਹੈ ਵੀ ਇਹ ਮੈਂ ਫਿਲਮ ਦਾ ਹਿੱਸਾ ਅਤੇ ਸਾਡੀ ਟੀਮ ਦੇ ਹਿੱਸੇ ਇਹ ਫਿਲਮ ਆਈ, ਮੈਂ ਇਹ ਗੱਲ ਕਹੂੰਗਾ। ਅਤੇ ਸਾਨੂੰ ਮਾਣ ਨਾਲ ਮੈਂ ਹਮੇਸ਼ਾ ਇਹ ਕਹਿ ਸਕਦਾ ਵੀ ਅਸੀਂ ਰੱਬ ਦੇ ਰੇਡੀਓ ਦਾ ਦੂਜਾ ਭਾਗ ਬਣਾਇਆ, ਅਸੀਂ ਇਹ ਦੂਜਾ ਭਾਗ, ਜਿਵੇਂ ਸਾਨੀ ਭਾਜੀ ਨੇ ਬਹੁਤ ਸੋਹਣੀ ਗੱਲ ਕਹੀ ਵੀ ਇੱਕ ਤਾਂ ਹੁੰਦਾ ਸਿਰਫ ਨਾਮ ਨੂੰ ਕੈਸ਼ ਕਰਨਾ, ਪਰ ਤੁਹਾਨੂੰ ਇਹ ਭਾਗ ਦੇਖ ਕੇ ਲੱਗੂਗਾ ਵੀ ਇਹ ਭਾਗ ਦੇ ਵਿੱਚ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਇੰਨੀਆਂ ਸੋਹਣੀਆਂ ਅਤੇ ਸੁਚੱਜੇ ਤਰੀਕੇ ਨਾਲ ਦਿਖਾਈਆਂ ਗਈਆਂ ਨੇ ਜਿਹੜੀਆਂ ਲੋੜ ਸੀ। ਅਤੇ ਮੈਂ ਜਸ ਬਾਈ ਨੂੰ ਇਹਦਾ ਇੱਕ ਕ੍ਰੈਡਿਟ ਦਿੰਦਾ ਬਹੁਤ ਸੋਹਣਾ, ਸਾਰਿਆਂ ਨੂੰ ਦੇਖ ਕੇ ਲੱਗੂਗਾ ਵੀ ਜਸ ਗਰੇਵਾਲ ਦੀ ਇੰਨੀ ਕੁ ਸਮਾਰਟਨੈਸ ਸੀ ਜਾਂ ਇਹ ਸਾਰੀ ਟੀਮ ਦੀ ਇੰਨੀ ਕੁ ਸਮਾਰਟਨੈਸ ਸੀ ਵੀ ਰੱਬ ਦੇ ਰੇਡੀਓ ਵਨ ਦੇ ਵਿੱਚ ਇੱਕ ਪੱਤਾ ਜਿਹੜਾ ਖੋਲਿਆ ਹੀ ਨਹੀਂ ਗਿਆ ਸੀ, ਉਹ ਇਹ ਫਿਲਮ ਦੇਖ ਕੇ ਪਤਾ ਲੱਗੂ, ਸਾਰਿਆਂ ਨੂੰ ਇਹ ਲੱਗੂ ਇਹਨਾਂ ਨੇ ਇੰਟੈਂਸ਼ਨਲੀ ਇਹ ਚੀਜ਼ ਛੱਡੀ ਹੋਈ ਸੀ ਜਿਹੜੀ ਇਹਨਾਂ ਨੇ ਹੁਣ ਕੈਰੀ ਕੀਤੀ ਹੈ। ਮੈਨੂੰ ਇਸ ਤੱਕ ਯਾਨੀ ਪੂਰਾ ਮਾਣ ਆ ਇਹ ਗੱਲ 'ਤੇ, ਕਿਉਂਕਿ ਇੱਕ ਇੰਨੀ ਕੁ ਨੇੜੇ ਦੀ ਸਕੀਰੀ ਅਤੇ ਇੰਨੀ ਕੁ ਨੇੜੇ ਦੀ ਸਾਂਝੀ ਗੱਲ ਕੀਤੀ ਹੋਈ ਆ, ਮੈਂ ਤੁਹਾਨੂੰ ਥੋੜ੍ਹਾ ਜਿਹਾ ਹਿੰਟ ਦੇ ਦਿੰਦਾ ਜਿਹੜਾ ਤੁਹਾਨੂੰ ਦੇਖ ਕੇ ਪਤਾ ਲੱਗੂ ਵੀ ਹਾਂ ਯਾਰ ਇਹ ਬਹੁਤ ਵਧੀਆ ਹੋਇਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਮੈਂ ਪਹਿਲਾਂ ਤਾਂ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਦੇਣਾ, ਤੁਸੀਂ ਇੱਕ ਬੜੀ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਜਾਓ, ਇੱਕ ਮਨਜਿੰਦਰ ਦਾ ਕੈਰੈਕਟਰ ਇਹੋ ਜਿਹਾ ਸੀਗਾ ਜਿਹਨੇ ਤੁਹਾਨੂੰ ਅਸਟੈਬਲਿਸ਼ ਕੀਤਾ, ਤੁਹਾਡੀ ਪਹਿਲੀ ਫਿਲਮ ਸੀਗੀ,
ਤੇ ਉਹਦੇ ਨਾਲ ਤੁਹਾਡੀ ਜਿਹੜਾ ਫਿਲਮੀ ਸਫ਼ਰ ਹੈ ਉਹ ਸਟਾਰਟ ਹੋਇਆ। ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਤਾਂ ਗੁੱਡੀ ਅੱਜ ਵੀ ਕਈ ਉਹਨਾਂ ਨੂੰ ਗੁੱਡੀ ਦੇ ਨਾਂ ਤੋਂ ਜਾਣਦੇ ਆ ਕਿਉਂਕਿ ਉਹਨਾਂ ਦਾ ਇਹ ਕਰੈਕਟਰ ਕਾਫ਼ੀ ਪਾਪੂਲਰ ਹੋਇਆ ਸੀਗਾ। ਅਤੇ ਪਹਿਲੀ ਤਰ੍ਹਾਂ ਦੇ ਮਨਜਿੰਦਰ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਦੇ ਵਿੱਚ ਉਹਨਾਂ ਦਾ ਕਾਫ਼ੀ ਚੇਂਜਿਸ ਵੀ ਆ ਗਏ ਹੋਣੇ, ਇੰਪਰੂਵਮੈਂਟ ਵੀ ਕਾਫ਼ੀ ਆ ਗਈ ਹੈ। ਅਤੇ ਤੁਹਾਨੂੰ ਖੁਦ ਨੂੰ ਕਿੰਨਾ ਕੁ ਫੀਲ ਹੋਇਆ ਕਿ ਜਿਹੜਾ ਹੁਣ ਦਾ ਜਿਹੜਾ ਮਨਜਿੰਦਰ ਹੈ ਉਹ ਕਿੰਨਾ ਕੁ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਪਰਫੋਰਮ ਕਰ ਪਾਇਆ? ਮੈਨੂੰ ਲੱਗਦਾ ਇਹਦਾ ਜ਼ਿਆਦਾ ਵਧੀਆ ਆਨਸਰ ਜਸ ਬਾਈ ਦੇ ਸਕਦਾ ਹੈ, ਸ਼ਰਨ ਦੇ ਸਕਦੇ ਆ, ਕਿਉਂਕਿ ਜਿਨ੍ਹਾਂ ਨੇ ਕੰਮ ਕਰਾਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ। ਕਿਉਂਕਿ ਇਹ ਜਸ ਬਾਈ ਦਾ ਮੈਂ ਤਾਂ ਨਾਮ ਲਿਆ ਕਿਉਂਕਿ ਇਹਨਾਂ ਨੇ ਲਿਖੀ ਸੀ, ਹੁਣ ਤੋਂ ਮੈਨੂੰ ਪਹਿਲੀ ਮੀਟਿੰਗ ਮੇਰੀ ਅਤੇ ਜਸ ਦੀ ਹੁਣ ਵੀ ਯਾਦ ਆ, ਇਹਨਾਂ ਦੇ ਘਰ ਹੋਈ ਸੀ ਇਹਨਾਂ ਦੇ ਪਿੰਡ ਨਾਨੂ ਦੀ। ਉਦੋਂ ਮੈਨੂੰ ਮਿਲ ਕੇ ਜਸ ਬਾਈ ਨੇ ਗੱਲ ਕਹੀ ਸੀ ਵੀ ਬਾਈ ਫਿਲਮ ਬਣਾਵਾਂਗੇ, ਇਹੋ ਜਿਹੀ ਬਣਾਵਾਂਗੇ ਜਿਹੜੀ ਇੱਕ ਸਰਦਾਰੀ ਫਿਲਮ ਹੋ, ਅਤੇ ਤੁਹਾਨੂੰ ਵੀ ਮਾਣ ਹੋਊ ਅਤੇ ਮੈਨੂੰ ਵੀ ਮਾਣ ਹੋਊ ਵੀ ਹਾਂ ਤੁਸੀਂ ਮਾਣ ਨਾਲ ਮੇਰੇ ਕੋਲ ਆਏ, ਮੈਨੂੰ ਕਿਹਾ ਫਿਲਮ ਬਣਾਵਾਂਗੇ ਆਪਾਂ ਮਾਣ ਨਾਲ ਦੱਸ ਸਕਾਂਗੇ, ਅਤੇ ਪਰਮਾਤਮਾ ਨੇ ਭਾਗ ਲਾਏ ਸੀ। ਉਦੋਂ ਵੀ ਜਿਹੜਾ ਕੰਮ ਸੀਗਾ, ਜਿਹੜੀ ਪਰਫੋਰਮੈਂਸ ਸੀਗੀ, ਉਦੋਂ ਵੀ ਸਾਰੀ ਟੀਮ ਨੂੰ ਉਹਦਾ ਕ੍ਰੈਡਿਟ ਜਾਂਦਾ ਜਿਨ੍ਹਾਂ ਨੇ ਡਾਇਰੈਕਟਰਾਂ ਨੂੰ ਸਾਡਿਆਂ ਨੂੰ, ਤਰਨ ਨੂੰ, ਹੈਰੀ ਨੂੰ, ਜਿਨ੍ਹਾਂ ਨੇ ਕੰਮ ਕਰਾਇਆ ਨਾਲ ਜਸ ਬਾਈ। ਹਮੇਸ਼ਾ ਮੈਨੂੰ ਲੱਗਦਾ ਇੱਕ ਆਰਟਿਸਟ ਤੋਂ ਕੰਮ ਲੈਣਾ ਸਭ ਤੋਂ ਵੱਡਾ ਉਹ ਟੀਮ ਦਾ, ਡਾਇਰੈਕਟਰ ਸਭ ਤੋਂ ਮੇਨ ਕੜੀ ਹੁੰਦੀ ਹੈ, ਪ੍ਰੋਡਿਊਸਰਾਂ ਦਾ ਪ੍ਰੈਸ਼ਰ ਤੁਹਾਡੇ 'ਤੇ ਕਿੰਨਾ ਕਾ, ਉਹ ਤੁਹਾਡੀ ਟੀਮ ਨੂੰ ਕਿੰਨਾ, ਆਰਟਿਸਟਾਂ ਨੂੰ ਕਿੰਨਾ ਪੈਂਪਰ ਰੱਖਦੇ ਆ, ਰਾਈਟਰ ਦਾ ਤੁਹਾਡੇ ਨਾਲ ਕਿੰਨੀ ਕੈਮਿਸਟਰੀ ਹੈਗੀ ਆ, ਰਾਈਟਰ ਤੁਹਾਨੂੰ ਕਿੱਥੇ ਤੱਕ ਸਮਝਦਾ। ਕਿਉਂਕਿ ਰਾਈਟਰ ਮੈਨੂੰ ਲੱਗਦਾ ਜਦੋਂ ਮੈਂ ਖੁਦ ਸਰਦਾਰ ਮੁਹੰਮਦ ਦੇ ਡਾਇਲੋਗ ਲਿਖੇ ਸੀ ਤਾਂ ਜਦੋਂ ਮੈਂ ਸੋਹੀ ਭਾਅ ਜੀ ਦਾ ਡਾਇਲੋਗ ਲਿਖਦਾ ਸੀ ਤਾਂ ਮੈਂ ਉਹਨਾਂ ਨੂੰ ਮਿਮਿਕ ਕਰਕੇ ਦੇਖਦਾ ਹੁੰਦਾ ਸੀ ਵੀ ਉਹ ਕਿਵੇਂ ਬੋਲਣਗੇ। ਇੱਕ ਰਾਈਟਰ ਨੂੰ ਬਹੁਤ ਵੱਡਾ ਕ੍ਰੈਡਿਟ ਜਾਂਦਾ ਕਿਸੇ ਵੀ ਆਰਟਿਸਟ ਤੋਂ ਕੰਮ ਲੈਣ ਦਾ, ਕਿਉਂਕਿ ਉਹਨੇ ਉਹ ਡਾਇਲੋਗ ਲਿਖਣੇ ਆ, ਉਹਨੇ ਉਹ ਚੀਜ਼ ਲੈਣੀ ਆ। ਬਾਕੀ ਜੇ ਆਪਾਂ ਗੱਲ ਕਰੀਏ ਹਰ ਦਿਨ ਨਵਾਂ, ਹਰ ਦਿਨ ਬੰਦਾ ਸਿੱਖਦਾ। ਹੁਣੇ ਮੇਰੀ 5ਵੀਂ ਫਿਲਮ ਆ, ਉਹ ਮੇਰੀ ਪਹਿਲੀ ਫਿਲਮ ਸੀ। ਓਬਵੀਅਸਲੀ ਇੰਨੇ ਬੰਦਿਆਂ ਨਾਲ ਕੰਮ ਕਰਕੇ, ਇੰਨੇ ਰਾਈਟਰਸ ਨਾਲ ਕੰਮ ਕੀਤਾ, ਇੰਨੇ ਡਾਇਰੈਕਟਰਸ ਨਾਲ ਕੀਤਾ, ਇੰਨੇ ਆਰਟਿਸਟਾਂ ਨਾਲ ਕੀਤਾ, ਚਾਹੇ ਛੋਟੇ ਚਾਹੇ ਵੱਡੇ, ਮੇਰੇ ਤੋਂ ਉਮਰ 'ਚ ਸਾਰਿਆਂ ਤੋਂ ਬਹੁਤ ਕੁਛ ਸਿੱਖਿਆ। ਮੈਨੂੰ ਲੱਗਦਾ ਵੀ ਹਮੇਸ਼ਾ ਬੰਦਾ ਸਿੱਖਦਾ, ਸਿੱਖਦੇ ਰਹਿਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਅਸੀਂ ਵੀ, ਮੇਰਾ ਸਵਾਲ ਤੁਹਾਡੇ ਕੋਲ ਹੈ ਮੈਮ, ਜਦੋਂ ਤੁਸੀਂ ਇੱਕ ਟਾਈਮ ਦੇ ਉੱਪਰ ਕਈ ਵਾਰ ਦੋ ਫਿਲਮਾਂ ਵੀ ਹੁੰਦੀਆਂ ਨੇ ਇੱਕ ਆਰਟਿਸਟ ਕੋਲ, ਅਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਵੀ ਇੱਕ ਆਰਟਿਸਟ ਜਿਹੜਾ ਮੇਰਾ ਇੱਕ ਕਿਰਦਾਰ ਹੈ ਉਹ ਦੂਜੀ ਫਿਲਮ ਦਾ ਜਿਹੜਾ ਮੈਂ ਕਿਰਦਾਰ ਜਦੋਂ ਨਿਭਾਉਂਦੀ ਹਾਂ ਅਤੇ ਉੱਥੇ ਕਿਵੇਂ ਵਿਲੱਖਣਤਾ ਆਪਣੇ ਆਪ ਨੂੰ ਇੱਕ ਕਿਰਦਾਰ ਦੇ ਵਿੱਚ ਕਿਵੇਂ ਵਿਲੱਖਣਤਾ ਮਹਿਸੂਸ ਕਰਦੇ ਹੋ? ਜੀ, ਮੇਰੇ ਵੱਲੋਂ ਇਹ ਕੋਸ਼ਿਸ਼ ਰਹਿੰਦੀ ਆ ਕਿ ਦੋ ਫਿਲਮ ਸਲੈਸ਼ ਨਾ ਹੋਣ। ਮੈਂ ਬਹੁਤ ਆਰਾਮ ਨਾਲ ਕੰਮ ਕਰਨਾ ਪਸੰਦ ਕਰਦੀ ਹਾਂ। ਮੈਨੂੰ ਹੁੰਦਾ ਵੀ ਜੇ ਮੈਂ 40 ਦਿਨ ਵਾਸਤੇ ਇੱਕ ਕੈਰੇਕਟਰ 'ਚ ਵੜੀ ਹੋਈ ਹਾਂ ਤਾਂ ਮੈਂ ਉਹ ਹੀ ਵੜੀ ਰਹਾਂ। ਕਦੀ ਕਦੀ ਹੋ ਜਾਂਦਾ, ਬਹੁਤ ਰੇਅਰ ਹੋਇਆ। ਮੈਂ ਫਿਲਹਾਲ ਇੰਨੀ ਪੁਰਾਣੀ ਵੀ ਨਹੀਂ ਹਾਂ, ਇੰਨੀਆਂ ਮੂਵੀ ਕੀਤੀਆਂ ਵੀ ਨਹੀਂ, ਇੰਨਾ ਜ਼ਿਆਦਾ ਇੱਦਾਂ ਕਰੀ ਹੋਇਆ ਹੋਵੇ। ਪਰ ਮੇਰੀ ਅੱਗੇ ਵੀ ਕੋਸ਼ਿਸ਼ ਰਹੂਗੀ ਕਿ 1x1 ਕੈਰੇਕਟਰ ਹੋਵੇ। ਪਰ ਜੇ ਇਨਜਸਟਿਸ ਕਿਸੇ ਹੋਊਗਾ ਤਾਂ ਮੈਨੂੰ ਤਾਂ ਰੁੱਝਣਾ ਹੀ ਆਉਂਦਾ ਜੀ ਪੂਰਾ ਚੰਗੀ ਤਰ੍ਹਾਂ ਕੈਰੇਕਟਰ 'ਚ। ਮੈਂ ਉਹ ਉਹਨੇ ਦਿਨ ਜਦੋਂ ਮੈਂ ਕੈਰੇਕਟਰ ਕਰਦੀ ਹੁੰਦੀ ਹਾਂ, ਮੈਂ ਉਹਦੇ ਵਾਂਗ ਉੱਠਦੀ ਹਾਂ, ਬੋਲਦੀ ਹਾਂ, ਖਾਂਦੀ ਹਾਂ, ਚੱਲਦੀ ਹਾਂ, ਅਤੇ ਉਹ ਕੈਰੇਕਟਰ ਮੇਰੇ 'ਚੋਂ ਕਦੀ ਵੀ ਨਹੀਂ ਜਾਂਦਾ। ਚਾਹੇ ਮੈਂ ਸੈੱਟ ਛੱਡ ਕੇ ਚਲੀ ਜਾਵਾਂ, ਮੈਂ ਘਰੇ ਵੀ ਉੱਦਾਂ ਹੀ ਹੁੰਦੀ ਹਾਂ। ਜੇ ਮੈਂ ਗੁੱਡੀ ਹਾਂ ਤਾਂ ਮੈਂ 40-50 ਦਿਨ ਵਾਸਤੇ ਗੁੱਡੀ ਹੀ ਹੋਊਂਗੀ, ਤੁਹਾਨੂੰ ਸਿੰਘ ਨਹੀਂ ਦਿਸੂਗੀ। ਅਤੇ ਬਸ ਕਰਦੇ, ਥੈਂਕ ਯੂ ਸਰ। ਜੀ, ਆਈ ਵੀ ਓਨੈਸਟ ਅਬਾਊਟ ਦਾ ਅਵਾਰਡਸ, ਮੇਰੇ ਵਾਸਤੇ ਸਭ ਤੋਂ ਵੱਡੇ ਅਵਾਰਡ ਹੁੰਦਾ ਜਦੋਂ ਮੈਨੂੰ ਆਡੀਅੰਸ ਆ ਕੇ ਮੇਰੇ ਨਾਮ ਤੋਂ ਨਹੀਂ, ਮੇਰੇ ਕੈਰੇਕਟਰ ਦੇ ਨਾਮ ਤੋਂ ਬੁਲਾਉਂਦੀ ਆ, ਅਤੇ ਜਦੋਂ ਲੋਕ ਪਿਆਰ ਦਿੰਦੇ ਨੇ, ਮੈਨੂੰ ਲੱਗਦਾ ਉਹ ਤੋਂ ਵੱਡਾ ਅਵਾਰਡ ਮੇਰੇ ਵਾਸਤੇ ਕੁਛ ਹੈ ਹੀ ਨਹੀਂ। ਮਟੀਰੀਅਲਿਸਟਿਕ ਥਿੰਗਸ ਆਈ ਡੋਂਟ ਬਿਲੀਵ ਟੂ ਮੱਚ। ਅਤੇ ਜਦੋਂ ਆਡੀਅੰਸ ਦਾ ਜਿੱਦਾਂ ਮੈਨੂੰ ਗੁੱਡੀ ਫਸਟ ਪਾਰਟ 'ਚ ਪਿਆਰ ਮਿਲਿਆ, ਜੇ ਮੈਨੂੰ ਉਹੋ ਜਿਹਾ ਹੀ ਪਿਆਰ ਸੈਕਿੰਡ ਪਾਰਟ 'ਚ ਮਿਲ ਜੂਗਾ, ਬਸ ਜ਼ਿੰਦਗੀ ਸਫਲ ਆ, ਉਹ ਸਾਰੇ ਅਵਾਰਡਸ ਦੇ ਉੱਤੇ ਆ। ਇਹ ਸ਼ੂਟ ਕੀਤੀ ਹੈ ਜੀ, ਅਸੀਂ ਖਮਾਣੋ ਸੈੱਟ ਲਾਇਆ ਸੀ, ਜਿਹੜੀ ਹਵੇਲੀ ਆਪਾਂ ਇਹਦੇ ਵਿੱਚ ਦੇਖੀ ਹੈ ਜੀ ਉਹ ਸਾਰੀ ਅਸੀਂ ਕ੍ਰੀਏਟ ਕੀਤੀ ਹੋਈ ਹੈ ਜੀ, ਆਪ ਬਣਾਈ ਆ, ਉਹ ਸਾਰਾ ਸੈੱਟ ਲਾਇਆ, ਥੋੜ੍ਹੀਆਂ ਬਹੁਤੀਆਂ ਗਲੀਆਂ ਜਿਹੜੀਆਂ ਅਸੀਂ ਕ੍ਰੀਏਟ ਕੀਤੀਆਂ ਉਹਦੇ ਨਾਲ ਘਰ ਦੇ ਕੋਲ, ਅਤੇ ਖਮਾਣੋ ਦੇ ਨੇੜੇ ਤੇੜੇ ਕਾਫੀ ਸ਼ੂਟ ਹੋਈ ਹੈ ਜੀ। ਅਤੇ ਇੱਕ ਜਿਹੜਾ ਮੇਰਾ ਘਰ ਦਿਖਾਇਆ ਮਨਜਿੰਦਰ ਦਾ ਘਰ, ਉਹ ਬਸੀ ਪਠਾਣਾ ਜੀ, ਉਹ ਬਸੀ ਪਠਾਣਾ ਸ਼ੂਟ ਹੋਈ ਹੈ, ਯਾਨੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ ਸ਼ੂਟ ਹੋਈ ਹੈ ਜ਼ਿਆਦਾਤਰ। ਮਿਊਜ਼ਿਕ ਇਹਦੇ ਵਿੱਚ ਜੀ ਤਕਰੀਬਨ 7 ਟਰੈਕ ਹੈਗੇ ਆ ਜੀ, ਅਤੇ ਉਹਦੇ ਵਿੱਚੋਂ ਇੱਕ ਪ੍ਰਮੋਸ਼ਨਲ ਟਰੈਕ ਮੈਂ ਅਤੇ ਨਿਮਰਤ ਖਹਿਰਾ ਨੇ ਗਾਇਆ ਜਿਹੜਾ ਆਲਰੇਡੀ ਰਿਲੀਜ਼ ਹੋ ਚੁੱਕਿਆ, ਇੱਕ ਗਾਣਾ ਮੇਰਾ ਗਾਇਆ ਅਤੇ ਮੇਰਾ ਲਿਖਿਆ ਸ਼ੌਕੀਨ ਜਿਹੜਾ ਰਿਲੀਜ਼ ਹੋ ਚੁੱਕਿਆ, ਇੱਕ ਗਾਣਾ ਅਰਜੀਤ ਬਾਵਾ ਜੀ ਨੇ ਗਾਇਆ ਅਤੇ ਨਾਲ ਗੁਰਲੇਜ਼ ਅਖਤਰ ਜੀ ਡਿਊ ਟਰੈਕ ਨਰਿੰਦਰ ਬਾਠ ਨੇ ਲਿਖਿਆ, ਉਹ ਵੀ ਰਿਲੀਜ਼ ਹੋ ਚੁੱਕਿਆ।
ਅਤੇ ਇੱਕ ਹੁਣ ਰੀਸੈਂਟ ਨਿਮਰਤ ਖਹਿਰਾ ਜੀ ਨੇ ਗਾਇਆ ਅਤੇ ਮੇਰਾ ਲਿਖਿਆ ਗਾਣਾ ਚਾਨਣ, ਉਹ ਵੀ ਰਿਲੀਜ਼ ਹੋ ਚੁੱਕਿਆ। ਉਹ ਤੋਂ ਬਿਨਾਂ ਇੱਕ ਕੁਲਵੀਰ ਦੀ ਆਵਾਜ਼ 'ਚ ਗੀਤ ਰਹਿੰਦਾ ਜਿਹੜਾ ਨਰਿੰਦਰ ਬਾਠ ਨੇ ਲਿਖਿਆ। ਇੱਕ ਜਿਹੜਾ ਟਾਈਟਲ ਟਰੈਕ ਆ ਉਹ ਅਸੀਂ ਸੇਮ ਰੱਖਿਆ ਬਿਕੋਜ਼ ਮੂਵੀ ਸੇਮ ਕਰੈਕਟਰ ਦੀ ਅਤੇ ਸੇਮ ਆ, ਸਾਨੂੰ ਇਹ ਅਸੀਂ ਨਹੀਂ ਚਾਹੁੰਦੇ ਵੀ ਉਹ ਫੀਲ ਟੁੱਟੇ, ਅਸੀਂ ਉਹਦਾ ਸਾਰਾ ਫੀਲ ਸੇਮ ਰੱਖਣਾ ਚਾਹੁੰਦੇ ਹਾਂ। ਉਹ ਸ਼ੈਰੀਮਾਨ ਜੀ ਨੇ ਗਾਇਆ ਹੈ ਅਤੇ ਇੱਕ ਗਾਣਾ ਇਹਦੇ ਵਿੱਚ ਮੇਰਾ ਹੋਰ ਲਿਖਿਆ ਅਤੇ ਗਾਇਆ ਜਿਹੜਾ ਸਟਾਰ ਸਕਰੋਲ ਦੇ ਵਿੱਚ ਆਉਣਾ ਕਿੱਸੇ ਮੇਰੇ ਯਾਰ ਦੇ, ਉਹ ਹੈਗਾ ਜੀ। ਟੋਟਲ 7 ਟਰੈਕ ਹੈਗੇ। Any other questions? ਪ੍ਰੈਸ਼ਰ ਹੁੰਦਾ, ਪ੍ਰੈਸ਼ਰ ਜ਼ਰੂਰੀ ਵੀ ਹੈ ਤਾਂ ਹੀ ਫੋਕਸ ਹੁੰਦਾ। ਸੋ ਪ੍ਰੈਸ਼ਰ ਸੀ, ਮੈਂ ਫੋਕਸ ਰੱਖਿਆ ਅਤੇ ਰਿਜ਼ਲਟਸ ਵੀ ਵਧੀਆ ਨਿਕਲ ਗਿਆ ਹੈ। ਮੈਨੂੰ ਖੁਸ਼ੀ ਹੈ ਵੀ ਇੱਕ ਇੰਨੇ ਸੋਹਣੇ ਸਟੋਰੀ ਦਾ, ਇੰਨੇ ਸੋਹਣੇ ਪ੍ਰੋਜੈਕਟ ਦਾ ਜੋ ਪਹਿਲਾਂ ਹੀ ਹਿੱਟ ਹੋ ਚੁੱਕਿਆ, ਮੈਂ ਉਹਦਾ ਪਾਰਟ ਬਣਿਆ। ਮੇਰੀ ਜੋਬ ਸੀਗੀ ਉਹਨੂੰ ਕੈਰੀ ਕਰਨਾ ਅਤੇ ਮੈਂ ਉਹਦੇ ਫੋਕਸ ਰਿਹਾ। ਸੋ ਤੁਹਾਨੂੰ ਵੀ ਖੁਸ਼ੀ ਹੋਊਗੀ ਦੇਖ ਕੇ, ਸੋਹਣਾ ਆਇਆ। ਹਾਂਜੀ, ਸਟੋਰੀ ਦਾ ਹੀ ਰੀਜ਼ਨ ਆ। ਤੁਸੀਂ ਦੇਖੋਗੇ ਕਿਵੇਂ ਭਾਅ ਜੀ ਨੇ ਮੈਂਸ਼ਨ ਕੀਤਾ ਸੀਗਾ, ਇਸ ਵਾਰੀ ਇੱਕ ਨਵਾਂ ਪੱਤਾ ਖੁੱਲ੍ਹਣ ਲੱਗਿਆ ਜੋ ਪਿਛਲੀ ਵਾਰੀ ਨਹੀਂ ਸੀ। ਸੋ ਉਹ ਤੁਹਾਨੂੰ ਉੱਥੇ ਜਾ ਕੇ ਹੀ ਪਤਾ ਲੱਗਣਾ ਵੀ ਕਿੰਨਾ ਜ਼ਰੂਰੀ ਸੀ ਉਹ ਪੱਤਾ ਖੁੱਲ੍ਹਣਾ। ਜਿਵੇਂ ਮਨੀਸ਼ ਭਾਅ ਜੀ ਨੇ ਕਿਹਾ ਵੀ ਕੁਛ ਗੱਲਾਂ ਅਸੀਂ ਬਹੁਤ ਸੋਹਣੀਆਂ ਗੱਲਾਂ ਤੁਹਾਨੂੰ ਪਿਛਲੀ ਵਾਰੀ ਦੱਸ ਕੇ ਗਏ ਹਾਂ, ਫਿਲਮ ਦੇ ਵਿੱਚ ਤੁਹਾਨੂੰ ਸੋਹਣੀਆਂ ਗੱਲਾਂ ਦੇ ਕੇ ਗਏ ਹਾਂ, ਇੱਕ ਖੁਸ਼ੀ, ਇੱਕ ਗਰਮਾਹਟ ਦਿਲ ਦੇ ਵਿੱਚ, ਉਹਦੇ ਕੁਛ ਕੁ ਰਹਿ ਗਈਆਂ ਸੀਗੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਉਹ ਇਸ ਭਾਗ ਦੇ ਵਿੱਚ ਹੋਣ ਲੱਗੀਆਂ ਨੇ। ਅਤੇ ਤੁਹਾਨੂੰ ਚੰਗਾ ਲੱਗੂਗਾ ਉਹ ਵੀ। ਹਾਂਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇੰਨੀ ਸੋਹਣੀ ਫਿਲਮ ਉਦੋਂ ਬਣਾ ਪਾਏ ਕਿ ਅੱਜ ਅਸੀਂ ਦੂਜਾ ਬਣ ਗਏ। ਇੱਕ ਖੁਸ਼ੀ ਇਹ ਹੈ ਜੋ ਸਾਰਿਆਂ ਨੇ, ਜਿਵੇਂ ਸ਼ਰਨ ਸਿੰਘ ਸਿੰਘ ਭਾਈ, ਸਾਰੇ ਮਿਸਟਰ ਸਾਹਿਬ ਸਾਰਿਆਂ ਨੇ ਬੈਠ ਕੇ ਟੀਮ ਨੇ ਇੰਨਾ ਸੋਹਣਾ ਕੰਮ ਕੀਤਾ ਕਿ ਮੈਨੂੰ ਖੁਦ ਨੂੰ, ਪਹਿਲਾਂ ਮੈਂ ਸੋਚਦਾ ਸੀ ਕਿ ਸ਼ਾਇਦ ਹੋਰ ਆਪਣਾ ਰੇਡੀਓ ਤੋਂ ਵਧੀਆ ਫਿਲਮ ਮੇਰੇ ਤੋਂ ਬਣਨਾ ਪਾ। ਜਿਵੇਂ ਮੇਰੇ ਯਾਦ ਆ ਮੇਰਾ ਦੋਸਤ ਵੀਰ ਪ੍ਰਦੀਪ, ਉਹਨੇ ਗਾਣਾ ਲਿਖਿਆ ਸੀ ਪੋਹ ਦੀ ਰਾਤ, ਮੈਂ ਕਿਹਾ ਉਹੋ ਜਿਹਾ ਗਾਣਾ ਕਦੋਂ ਲਿਖਿਆ, ਕਹਿੰਦਾ ਯਾਰ ਉਹ ਤਾਂ ਲਿਖਿਆ ਗਿਆ, ਮੈਨੂੰ ਪਤਾ ਹੀ ਦੁਬਾਰਾ ਨਹੀਂ ਸਮਝ। ਉਹੀ ਗੱਲ ਹੋ ਰਹੀ ਸੀ ਕਿ ਮੈਨੂੰ ਨਹੀਂ ਸੀ ਪਤਾ ਕਿ ਦੁਬਾਰਾ ਬਣ ਸਕਦੀ ਹੈ, ਖੈਰ ਉਹ ਵੀ ਰੱਬ ਨੇ ਬਣਾਈ ਸੀ, ਇਹ ਵੀ ਰੱਬ ਨੇ ਬਣਾਈ ਹੈ, ਇਹ ਫਿਲਮ ਉਹਦੇ ਬਰਾਬਰ ਆ। ਉਹ ਤੋਂ ਸੋਹਣੀ ਹੈ ਕਿ ਨਹੀਂ ਤਾਂ ਉਹਦਾ ਜਵਾਬ ਇਹ ਹੈ ਕਿ ਜਿਵੇਂ ਹਰਾ ਰੰਗ ਨੀਲੇ ਤੋਂ ਸੋਹਣਾ ਨਹੀਂ ਹੁੰਦਾ, ਨੀਲਾ ਹਰੇ ਤੋਂ ਨਹੀਂ ਹੁੰਦਾ, ਸੋ ਉਹ ਇੱਕ ਰੰਗ ਆ ਅਤੇ ਇੱਕ ਰੰਗ ਆ, ਇਹ ਵੀ ਬਹੁਤ ਸੋਹਣਾ, ਇਹੀ ਹੈ। We'll be right back.